ब्लड डोनर्स कौंसल नवांशहर एक ऐसा अदारा जो दिन रात लोड़वंद मरीजों लई खून की जरूरत नूं पूरा कर रहा है। 1991 विच दीन दुखियां दी सेवा दा अहद लैके ब्लड डोनर्स कौंसल नवांशहर की स्थापना की गई। आज तो तकरीबन 25 साल पहला इस इलाके दे हस्पतालां दे विच जिहड़ा मरीजां नूं खून चढ़दा सी ਉਹ ਰਿਕਸ਼ੇ ਵਾਲੇ ਨਸ਼ੇੜੀਆਂ ਦਾ ਚੜ੍ਹਦਾ ਸੀ ਔਰ ਉਹਦੇ ਚੰਗੇ ਰਿਜ਼ਲਟ ਤਾਂ ਕੀ ਨਿਕਲਣੇ ਸੀ, ਜਾਨ ਤਾਂ ਬਚ ਜਾਂਦੀ ਸੀ ਲੇਕਿਨ ਬਾਅਦ ਦੇ ਵਿੱਚ ਜਿਹੜੀਆਂ ਖਤਰਨਾਕ ਬਿਮਾਰੀਆਂ ਲੱਗਦੀਆਂ ਸੀ ਉਹ ਬਹੁਤ ਹੀ ਇੱਕ ਗੰਭੀਰ ਸਮੱਸਿਆ ਸੀ। ਇਹ ਫਿਰ ਜਿਹੜੇ ਇਲਾਕੇ ਦੇ ਖੂਨਦਾਨੀ ਸਵੈਚਕ ਖੂਨਦਾਨੀ ਸੀ ਇਕੱਠੇ ਹੋਏ ਔਰ ਉਹਨਾਂ ਨੇ ਸੋਚਿਆ ਵੀ ਇਹ ਸਮੱਸਿਆ ਕਿੱਦਾਂ ਹੱਲ ਹੋ ਸਕਦੀ ਆ। ਫਿਰ ਅਸੀਂ ਸਾਰੇ ਜਣੇ ਇਕੱਠੇ ਹੋ ਗਏ, ਰਾਮਪੁਰਾ ਫੂਲ ਗਏ, ਪੰਜਾਬ 'ਚ ਉਹ ਪਾਇਨੀਅਰ ਸੀਗੇ ਖੂਨਦਾਨ ਲਹਿਰ ਨੂੰ ਵਧਾਉਣ ਲਈ। ਫਿਰ ਅਸੀਂ ਜਦ ਉੱਥੇ ਗਏ ਤਾਂ ਉਹਨਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ, ਉੱਥੋਂ ਸਾਨੂੰ ਜਾਣਕਾਰੀ ਮਿਲੀ, ਸਾਨੂੰ ਸਾਡੀ ਟ੍ਰੇਨਿੰਗ ਹੋਈ। ਫਿਰ ਅਸੀਂ ਨਵਾਂਸ਼ਹਿਰ ਆ ਕੇ ਬਲੱਡ ਡੋਨਰ ਕੌਂਸਲ ਨਵਾਂਸ਼ਹਿਰ ਬਣਾਈ ਔਰ ਉਹਦਾ ਇੱਕੋ ਨਿਯਮ ਸੀ ਕਿ ਜਿਹੜਾ ਨੌਜਵਾਨ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਉਹਦਾ ਮੈਂਬਰ ਬਣ ਸਕਦਾ ਸਵੈਚਕ ਤੌਰ 'ਤੇ। ਔਰ ਫਿਰ ਅਸੀਂ ਜਿੰਨੇ ਹਸਪਤਾਲ ਸੀਗੇ ਉਹਨਾਂ 'ਚ ਜਾਣਾ ਸ਼ੁਰੂ ਕਰਤਾ ਔਰ ਸੇਵਾ ਆਪਣੇ ਜ਼ਿੰਮੇ ਲਈ। ਸਮੂਹ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਸਰਦਾਰ ਗੁਰਿੰਦਰ ਸਿੰਘ ਤੂਰ ਨੂੰ ਸੰਸਥਾ ਦਾ ਪ੍ਰਧਾਨ ਥਾਪਿਆ ਗਿਆ। ਇਹਨਾਂ ਦੀ ਸਹਿਯੋਗ ਅਗਵਾਈ ਹੇਠ ਹੀ ਇਸ ਅਦਾਰੇ ਦਾ ਨੀਂਹ ਪੱਥਰ 14 ਜਨਵਰੀ 1991 ਨੂੰ ਪਦਮ ਸ਼੍ਰੀ ਸ਼੍ਰੀਮਤੀ ਕਾਂਤਾ ਸਰੂਪ ਵੱਲੋਂ ਰੱਖਿਆ ਗਿਆ। ਭਾਈ ਕਨਈਆ ਜੀ ਦੇ ਮਿਸ਼ਨ ਨੂੰ ਸਮਰਪਿਤ ਬਲੱਡ ਬੈਂਕ ਨਵਾਂਸ਼ਹਿਰ ਦਾ ਰਸਮੀ ਉਦਘਾਟਨ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਵੱਲੋਂ 1992 ਦੀ ਵਿਸਾਖੀ ਵਾਲੇ ਦਿਨ ਕੀਤਾ ਗਿਆ। ਬਲੱਡ ਬੈਂਕ ਬਣਾਇਆ, NRI ਦੇ ਸਹਿਯੋਗ ਨਾਲ ਜਨਤਾ ਕੋਲੋਂ ਪੈਸਾ ਲਿਆ ਔਰ ਉਹਦਾ ਉਦਘਾਟਨ ਕੀਤਾ ਜਿਹੜੇ ਪਰਮ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਵਾਲਿਆਂ ਨੇ 13/4/92 ਨੂੰ ਔਰ ਸ਼ੁੱਧ ਅਤੇ ਸੁਰੱਖਿਅਤ ਖੂਨਦਾਨ ਸੇਵਾ ਦੀ ਜਿਹੜੀ ਇਹ ਸੇਵਾ ਸ਼ੁਰੂ ਹੋ ਗਈ। ਦਿਨ ਰਾਤ ਸੇਵਾ ਵੱਧਦੀ 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 ਉਹ ਇਸ ਵੇਲੇ 700 ਬੋਤਲ 1 ਮਹੀਨੇ ਦੀ ਨਿਕਲ ਰਹੀ ਹੈ ਔਰ ਜਾ ਰਹੀ ਹੈ। 40 ਬੱਚੇ ਨੇ ਜਿਨ੍ਹਾਂ ਦਾ ਖੂਨ ਨਹੀਂ ਬਣਦਾ ਉਹ ਥੈਲੇਸੀਮੀਆ ਦਾ, ਉਹਨਾਂ ਨੂੰ ਬਗੈਰ ਟੈਸਟਾਂ ਤੋਂ ਫੀਸ ਤੋਂ ਫ੍ਰੀ ਦਿੱਤਾ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੌਕੇ ਦੇ ਡਿਪਟੀ ਕਮਿਸ਼ਨਰ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਚੇਅਰਪਰਸਨ ਹੁੰਦੇ ਹਨ। ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ ਵੱਲੋਂ ਪ੍ਰਾਪਤ ਹੋਈ ਮਾਇਆ ਨਾਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਇੱਕ ਅਲੀਸ਼ਾਨ ਖੂਨਦਾਨ ਭਵਨ ਦਾ ਨਿਰਮਾਣ ਵੀ ਕੀਤਾ ਗਿਆ ਹੈ। ਸੰਸਥਾ ਦੇ ਕਾਰਜਾਂ ਨੂੰ ਸਮਰਪਿਤ 7 ਸੱਜਣ ਇਸ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਬਣਦੇ ਹਨ, ਜਿਨ੍ਹਾਂ ਵਿੱਚ ਡਾਕਟਰ ਵਿਸ਼ਵ ਮੋਹਿਨੀ, ਸਰਦਾਰ ਗੁਰਿੰਦਰ ਸਿੰਘ ਤੂਰ ਬਾਨੀ ਪ੍ਰਧਾਨ, ਸ਼੍ਰੀ PR ਕਾਲੀਆ, SK ਸਰੀਨ ਐਡਵੋਕੇਟ, ਸਰਦਾਰ ਜਸਪਾਲ ਸਿੰਘ ਗਿੱਧਾ, ਸ਼੍ਰੀ ਪ੍ਰਵੇਸ਼ ਕੁਮਾਰ ਅਤੇ ਕੈਪਟਨ IJ ਸਰੀਨ ਸੇਵਾਵਾਂ ਨਿਭਾ ਰਹੇ ਹਨ। ਇਹ ਸੰਸਥਾ ਹੁਣ ਤੱਕ ਇਲਾਕੇ ਵਿੱਚ 819 ਤੋਂ ਵੱਧ ਸਵੈ ਇੱਛਕ ਖੂਨਦਾਨ ਕੈਂਪ ਲਗਾ ਚੁੱਕੀ ਹੈ। ਖੂਨਦਾਨ ਜਾਗਰੂਕਤਾ ਦਾ ਹਿੱਸਾ ਮੁਫ਼ਤ ਬਲੱਡ ਗਰੁੱਪਿੰਗ ਕੈਂਪਾਂ ਨੂੰ ਆਯੋਜਿਤ ਕਰਨਾ ਹੈ। ਉਹਨਾਂ ਦੀ ਗਿਣਤੀ ਅੱਜ ਤੱਕ ਇਸ ਸੰਸਥਾ ਵੱਲੋਂ 552 ਦੀ ਹੋਈ ਹੈ, ਜਿਨ੍ਹਾਂ ਦੇ ਵਿੱਚ ਬਲੱਡ ਦਾ ਗਰੁੱਪ ਕਿਹੜਾ ਹੈ ਔਰ ਇਨਸਾਨ ਦੇ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਕਿੰਨੀ ਹੈ ਜਿਹਨੂੰ ਹੀਮੋਗਲੋਬਿਨ ਕਹਿੰਦੇ ਆ, ਉਹਦੇ ਟੈਸਟ ਕੀਤੇ ਜਾਂਦੇ ਆ, ਕਾਰਡ ਬਣਾ ਕੇ ਦਿੱਤੇ ਜਾਂਦੇ ਆ। 6 ਲੱਖ ਤੋਂ ਵੱਧ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਦਾ ਗਰੁੱਪ ਕਿਹੜਾ ਹੈ ਔਰ ਉਹਨਾਂ ਦੇ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਕਿੰਨੀ ਹੈ। ਜਿਨ੍ਹਾਂ ਨੂੰ ਖੂਨ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਟੈਸਟਾਂ ਵਿੱਚ ਪਤਾ ਲੱਗਦਾ ਹੈ ਤਾਂ ਉਹਨਾਂ ਨੂੰ ਮੁਫ਼ਤ ਦਵਾਈ ਇਸ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ। ਸੰਸਥਾ ਵੱਲੋਂ ਸਮੇਂ-ਸਮੇਂ ਤੇ ਏਡਜ਼ ਜਾਗਰੂਕਤਾ ਰੈਲੀਆਂ ਦਾ ਆਯੋਜਨ ਕਰਨ ਦੇ ਨਾਲ ਨਾਲ ਇਸ ਸੰਬੰਧੀ ਸਾਹਿਤ ਬਿਲਕੁਲ ਮੁਫ਼ਤ ਵੰਡਿਆ ਜਾਂਦਾ ਹੈ। ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵੱਲੋਂ ਈਕੋ ਫ੍ਰੈਂਡਲੀ ਸੰਬੰਧੀ ਲਾਲ ਛਤਰੀ ਰੈਲੀਆਂ ਕੱਢੀਆਂ ਜਾਂਦੀਆਂ ਹਨ, ਜਿਸ ਵਿੱਚ ਵਿਦਿਆਰਥੀ, ਖੂਨਦਾਨੀ, ਸੰਸਥਾ ਦੇ ਮੈਂਬਰ ਸਾਹਿਬਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਿੱਸਾ ਲੈਂਦੇ ਹਨ। ਹੁਣ ਤੱਕ ਲੋਕਾਂ ਦੇ ਬਲੱਡ ਗਰੁੱਪ ਅਤੇ ਹੀਮੋਗਲੋਬਿਨ ਲੈਵਲ ਚੈੱਕ ਕਰਕੇ ਸੰਸਥਾ ਵੱਲੋਂ 6 ਲੱਖ ਲੋਕਾਂ ਨੂੰ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੋਈ ਵੀ ਫੀਸ ਨਹੀਂ ਵਸੂਲੀ ਗਈ। ਇਸ ਸੰਸਥਾ ਦੁਆਰਾ ਹੁਣ ਤੱਕ 832 ਖੂਨਦਾਨ ਕੈਂਪਾਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਹੈ। ਮਿਸਾਲ ਦੇ ਤੌਰ 'ਤੇ ਪਿਛਲੇ ਸਾਲ 7573 ਖੂਨ ਦੇ ਯੂਨਿਟ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਭਵਨ ਦੇ ਉੱਤੇ ਆ ਕੇ ਲੋਕਾਂ ਨੇ 2233 ਯੂਨਿਟ ਦਾਨ ਕੀਤੇ। BDC ਵੱਲੋਂ ਲਾਏ ਗਏ ਕੈਂਪਾਂ ਦੇ ਵਿੱਚ 3251 ਖੂਨ ਦੇ ਯੂਨਿਟ ਇਕੱਤਰ ਹੋਏ।
ਰਿਸ਼ਤੇਦਾਰਾਂ ਵੱਲੋਂ ਜੋ ਭਰਪਾਈ ਕਰਨ ਵਜੋਂ ਪ੍ਰਾਪਤ ਹੋਏ ਉਹਨਾਂ ਦੀ ਗਿਣਤੀ 2330 ਸੀ। ਡਾਕਟਰੀ ਕਰਨਾ ਕਰਕੇ ਜੋ ਬਲੱਡ ਯੂਨਿਟ ਜਾਰੀ ਨਹੀਂ ਕੀਤੇ ਗਏ ਉਹਨਾਂ ਦੀ ਗਿਣਤੀ 221 ਸੀ। ਬਲੱਡ ਬੈਂਕ ਨਵਾਂਸ਼ਹਿਰ ਦੀ ਆਧੁਨਿਕ ਤਕਨੀਕਾਂ ਨਾਲ ਲੈਸ ਆਪਣੀ ਪ੍ਰਯੋਗਸ਼ਾਲਾ ਹੈ, ਜਿੱਥੇ ਵੱਖ ਵੱਖ ਤਰ੍ਹਾਂ ਦੇ ਟੈਸਟ ਆਮ ਨਾਲੋਂ ਬਹੁਤ ਹੀ ਘੱਟ ਕੀਮਤ ਤੇ ਕੀਤੇ ਜਾਂਦੇ ਹਨ। ਗੁਰਿੰਦਰ ਸਾਡਾ ਬੜਾ ਰੈਗੂਲਰ ਬਲੱਡ ਡੋਨਰ ਹੁੰਦਾ ਸੀ ਤੇ ਉਹਨੇ ਜਦੋਂ ਕਈ ਵਾਰੀ ਬਲੱਡ ਦਿੱਤਾ ਬੜੀ ਮੈਂ ਇੰਪ੍ਰੈਸ ਹੋਈ ਤੇ ਇੱਕ ਦਿਨ ਉਹ ਕਹਿਣ ਲੱਗਾ ਬਈ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਤੇ ਫਰੈਂਡਸ ਤੋਂ ਕੈਨੇਡਾ ਵਿੱਚ ਬੜੇ ਪੈਸੇ ਇਕੱਠੇ ਕਰ ਲਏ ਨੇ ਅਤੇ ਮੇਰੀ ਇੱਛਾ ਇਹ ਹੈ ਕਿ ਮੈਂ ਇੱਕ ਆਪਣਾ ਬਲੱਡ ਬੈਂਕ ਨਵਾਂਸ਼ਹਿਰ ਵਿੱਚ ਖੋਲ੍ਹਾਂ ਅਤੇ ਮੈਨੂੰ ਬੜਾ ਮਾਣ ਹੈ ਕਿ ਉਹਨੇ ਮੈਨੂੰ ਕਿਹਾ ਬਈ ਤੁਸੀਂ ਆ ਕੇ ਇੰਨੀ ਵਧੀ ਰੱਖੋ ਅਤੇ 91 ਦੀ ਗੱਲ ਹੈ ਅਤੇ ਅਸੀਂ ਫਿਰ ਉੱਥੇ ਗਏ ਔਰ ਬੜੀ ਚੰਗੀ ਤਰ੍ਹਾਂ ਬੜੇ ਸ਼ੌਕ ਦੇ ਨਾਲ ਉਹਨੇ ਕੰਮ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਹੁਣ ਦੇਖ ਕੇ ਕਿ ਉਹਨੇ ਆਪਣੀ ਇਹ ਮੂਵਮੈਂਟ ਪੰਜਾਬ ਦੇ ਸਾਰੇ ਕੋਨਿਆਂ 'ਚ ਫੈਲਾ ਦਿੱਤੀ ਹੈ ਔਰ ਬੜਾ ਸਕਸੈਸਫੁਲੀ ਚੱਲ ਰਿਹਾ ਹੈ। ਹੁਣ ਇਹ ਸੰਸਥਾ ਪ੍ਰਤੀ ਮਹੀਨਾ ਕੋਈ 700 ਯੂਨਿਟ ਦੇ ਕਰੀਬ ਖੂਨ ਸਪਲਾਈ ਕਰ ਰਹੀ ਹੈ ਅਤੇ ਹਰ ਯੂਨਿਟ ਖੂਨ ਦੇ 7 ਵੱਖ ਵੱਖ ਟੈਸਟ ਵੀ ਕੀਤੇ ਜਾਂਦੇ ਹਨ ਤਾਂ ਕਿ ਲੋੜਵੰਦਾਂ ਨੂੰ ਮਿਆਰੀ ਤੇ ਰੋਗ ਰਹਿਤ ਖੂਨ ਸਪਲਾਈ ਕੀਤਾ ਜਾ ਸਕੇ। ਇਹ ਜਿਹੜਾ ਬਲੱਡ ਹੈ ਤਕਰੀਬਨ 100 ਕਿਲੋਮੀਟਰ ਦੇ ਜਿੰਨੇ ਸਿਵਲ ਹਸਪਤਾਲ ਨੇ ਉਹਨਾਂ ਦੇ ਵਿੱਚ ਜਾ ਰਿਹਾ ਔਰ ਦਿਨ ਰਾਤ ਸੇਵਾ ਹੋ ਰਹੀ ਹੈ। ਇਸ ਵੇਲੇ 34 ਮੁਲਾਜ਼ਮ ਲਗਾਤਾਰ ਇਹ ਸੇਵਾ ਕਰ ਰਹੇ ਨੇ ਔਰ ਭਾਈ ਕਨਈਆ ਦਾ ਮਿਸ਼ਨ ਜਿਹੜਾ ਇਹ ਰੱਖ ਕੇ ਬਣਾਇਆ ਗਿਆ ਇਹ ਇੱਕ ਬਹੁਤ ਹੀ ਚੰਗੀ ਚੀਜ਼ ਹੋਈ ਕਿਉਂਕਿ ਭਾਈ ਕਨਈਆ ਮਿਸ਼ਨ ਜਿਹੜਾ ਹੈ ਉਹ ਰੈੱਡ ਕ੍ਰੋਸ ਦਾ ਪਾਇਨੀਅਰ ਹੈ, ਮੋਢੀ ਹੈ ਔਰ ਇਹ ਇਸ ਮਿਸ਼ਨ ਦੇ ਨਾਲ ਬਹੁਤ ਅੱਛੇ ਸਮਾਜ ਸੇਵਕ ਖਾਸ ਕਰ NRI ਜੁੜੇ ਨੇ ਕਿਉਂਕਿ ਭਾਈ ਕਨਈਆ ਮਿਸ਼ਨ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਔਰ ਇਹ ਸੇਵਾ ਹਰ ਇੱਕ ਲਈ ਹੈ। ਇੱਕ ਨੌਜਵਾਨ ਖੂਨਦਾਨ ਕਰਦਾ ਉਹ ਚਾਹੇ ਗਰੀਬ ਨੂੰ ਲੱਗੇ, ਚਾਹੇ ਅਮੀਰ ਨੂੰ ਲੱਗੇ, ਚਾਹੇ ਹਿੰਦੂ ਨੂੰ ਲੱਗੇ, ਚਾਹੇ ਮੁਸਲਮਾਨ ਨੂੰ ਲੱਗੇ। ਇਹੀ ਕਾਰਨ ਹੈ ਕਿ ਪੰਜਾਬ ਭਰ ਦੇ ਲੋੜਵੰਦ ਸੱਜਣ ਬਲੱਡ ਲੈਣ ਲਈ ਬਲੱਡ ਬੈਂਕ ਨਵਾਂਸ਼ਹਿਰ ਨੂੰ ਤਰਜੀਹ ਦਿੰਦੇ ਹਨ। BDC ਨਵਾਂਸ਼ਹਿਰ ਦੇ ਖੂਨਦਾਨ ਕੈਂਪਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 133 ਲਾਈਫ ਮੈਂਬਰ ਅਤੇ 184 ਰਜਿਸਟਰਡ ਪ੍ਰਚਾਰਕ ਦਿਨ ਰਾਤ ਕੰਮ ਕਰ ਰਹੇ ਹਨ। ਬਲੱਡ ਬੈਂਕ ਨਵਾਂਸ਼ਹਿਰ ਨੂੰ 221 ਜੋੜੇ ਸਮੇਂ ਸਮੇਂ ਤੇ ਖੂਨਦਾਨ ਕਰਦੇ ਰਹਿੰਦੇ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ ਸਿਵਲ ਹਸਪੀਟਲ ਨਵਾਂਸ਼ਹਿਰ ਵਿੱਚ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਬਲੱਡ ਡੋਨੇਸ਼ਨ ਦਾ, ਜੋ ਕਿ ਰੋਟਰੀ ਕਲੱਬ ਵੱਲੋਂ ਸੀ। ਮੈਂ ਅਤੇ ਮੇਰੇ ਹਸਬੈਂਡ ਤੁਰ ਸਾਹਿਬ ਨੇ, ਅਸੀਂ ਦੋਨਾਂ ਨੇ ਉਹਦੇ ਵਿੱਚ ਬਲੱਡ ਡੋਨੇਟ ਕੀਤਾ। ਮਨ ਦੇ ਵਿੱਚ ਇੱਕ ਬਲੱਡ ਡੋਨੇਸ਼ਨ ਵਾਸਤੇ ਜੋ ਡਰ ਸੀ ਉਹ ਸਾਰੇ ਦਾ ਸਾਰਾ ਖਤਮ ਹੋ ਗਿਆ। ਉਸ ਤੋਂ ਕੁਝ ਸਮਾਂ ਬਾਅਦ ਹੀ ਦੁਆਬਾ ਲੇਡੀਜ਼ ਕਲੱਬ ਦੀ ਜ਼ਿੰਮੇਵਾਰੀ ਮੇਰੇ ਉੱਤੇ ਆਈ ਅਤੇ ਅਸੀਂ ਇੱਕ ਨਵੇਕਲਾ ਜਿਹਾ ਕੰਮ ਕੀਤਾ ਕਿ ਨਰੋਲ ਲੇਡੀਜ਼ ਦਾ ਇੱਕ ਕੈਂਪ ਆਰਗੇਨਾਈਜ਼ ਕਰੀਏ, ਜਿਸ ਦੇ ਵਿੱਚ ਸਾਰੇ ਦੁਆਬਾ ਲੇਡੀਜ਼ ਕਲੱਬ ਦੇ ਮੈਂਬਰਾਂ ਨੇ ਜੋ ਵੀ ਡੋਨੇਟ ਕਰ ਸਕਦੇ ਸੀ ਉਹਨਾਂ ਨੇ ਬਲੱਡ ਡੋਨੇਟ ਕੀਤਾ, ਪਲੱਸ ਹੋਰ ਸਾਡੇ ਫਰੈਂਡ ਸਰਕਲ ਵਿੱਚ ਅਤੇ ਬਹੁਤ ਸਾਰੀਆਂ ਆਲੇ ਦੁਆਲੇ ਵਾਲੀਆਂ ਲੇਡੀਜ਼ ਨੇ ਵੀ ਬਲੱਡ ਡੋਨੇਟ ਕੀਤਾ। ਤਕਰੀਬਨ 88 ਯੂਨਿਟ ਬਲੱਡ ਹੋਇਆ। ਉਸ ਤੋਂ ਬਾਅਦ ਮਨ ਵਿੱਚ ਆਇਆ ਕਿ ਅਗਰ ਲੇਡੀਜ਼ ਬਲੱਡ ਡੋਨੇਟ ਕਰ ਸਕਦੀਆਂ ਤਾਂ ਉਹਨਾਂ ਦੇ ਹਸਬੈਂਡ ਕਿਉਂ ਨਹੀਂ ਕਰ ਸਕਦੇ, ਜਿਵੇਂ ਕਿ ਤੁਰ ਸਾਹਿਬ ਨੇ ਮੇਰੇ ਨਾਲ ਕੀਤਾ। ਇਸੇ ਤਰ੍ਹਾਂ ਹੀ ਅਸੀਂ ਬਹੁਤ ਸਾਰੇ ਜੋ ਲੇਡੀਜ਼ ਨੇ ਮਿਲ ਕੇ ਆਪਣੇ ਸਾਰੇ ਹਸਬੈਂਡ ਨੂੰ ਉਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਅਤੇ ਬਹੁਤ ਸਾਰੇ ਕਪਲ ਡੋਨਰ ਬਣੇ। ਫਿਰ ਅਸੀਂ ਇੱਕ ਕਪਲ ਡੋਨਰਸ ਦਾ ਇੱਕ ਨਵੇਕਲਾ ਜਿਹਾ ਇੱਕ ਅਸੀਂ ਕੈਂਪ ਲਗਾਇਆ, ਜਿਸ ਦੇ ਵਿੱਚ ਲੇਡੀਜ਼ ਨੇ ਉਹਨਾਂ ਦੇ ਹਸਬੈਂਡ ਨੇ ਬਲੱਡ ਡੋਨੇਟ ਕੀਤਾ। ਸੈਸ਼ਨ 2012-13 ਦੌਰਾਨ ਖੂਨ ਸਪਲਾਈ ਕਰਦੇ ਸਮੇਂ 2,44,865 ਰੁਪਏ ਅਤੇ ਪ੍ਰਯੋਗਸ਼ਾਲਾ ਟੈਸਟਾਂ ਸਮੇਂ 2,05,546 ਰੁਪਏ ਦੀ ਟੈਸਟ ਫੀਸਾਂ ਵਿੱਚ ਰਿਆਇਤ ਦਿੱਤੀ ਗਈ। ਇਸ ਸੰਸਥਾ ਵੱਲੋਂ ਹਰ ਸਾਲ 14 ਜੂਨ ਨੂੰ ਵਰਲਡ ਬਲੱਡ ਡੋਨਰ ਡੇ ਅਤੇ 1 ਅਕਤੂਬਰ ਨੂੰ ਨੈਸ਼ਨਲ ਬਲੱਡ ਡੋਨੇਸ਼ਨ ਡੇ ਮਨਾਇਆ ਜਾਂਦਾ ਹੈ। ਇਲਾਕੇ ਦੇ 43 ਥੈਲੇਸੀਮੀਆ ਦੇ ਮਰੀਜ਼ਾਂ ਨੂੰ ਪਿਛਲੇ ਕਈ ਸਾਲਾਂ ਤੋਂ ਬਿਲਕੁਲ ਮੁਫਤ ਖੂਨ ਸਪਲਾਈ ਕੀਤਾ ਜਾ ਰਿਹਾ ਹੈ। ਬਲੱਡ ਬੈਂਕ ਨਵਾਂਸ਼ਹਿਰ ਨੂੰ ਮਾਨਯੋਗ ਮਦਰ ਟਰੇਸਾ, ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ, ਪੰਜਾਬ ਦੇ ਗਵਰਨਰ ਰਹੇ ਲੈਫਟੀਨੈਂਟ ਜਨਰਲ ਸੇਵਾਮੁਕ BKN ਛਿੱਬਰ ਅਤੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਹ ਸੰਸਥਾ ਆਪਣੇ 33 ਮੈਂਬਰੀ ਸਟਾਫ ਦੇ ਸਹਿਯੋਗ ਸਦਕਾ 24 ਘੰਟੇ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਲੱਡ ਬੈਂਕ ਨਵਾਂਸ਼ਹਿਰ ਵੱਲੋਂ ਸਰਕਾਰੀ ਹਸਪਤਾਲ ਦੇ ਲੋੜਵੰਦਾਂ ਨੂੰ 300 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮਰੀਜ਼ਾਂ ਨੂੰ 850 ਰੁਪਏ ਪ੍ਰਤੀ ਯੂਨਿਟ ਖੂਨ ਸਪਲਾਈ ਕੀਤਾ ਜਾ ਰਿਹਾ ਹੈ। ਬਲੱਡ ਬੈਂਕ ਨਵਾਂਸ਼ਹਿਰ ਕੋਲ ਪੂਰੀ ਤਰ੍ਹਾਂ ਨਾਲ ਵਾਤਾਨੁਕੂਲਿਤ ਪ੍ਰਯੋਗਸ਼ਾਲਾ ਹੈ। ਸ਼ਾਲਾ ਇਹ ਅਦਾਰਾ ਦਿਨ ਰਾਤ ਸਮਾਜ ਸੇਵਾ ਦੇ ਪਰਚਮ ਨੂੰ ਹੋਰ ਉੱਚਾ ਲਹਿਰਾਉਂਦਾ ਰਹੇ।